हाँ जी सत श्री अकाल जी। तो अज कई दिन हो गए, मैं चलो खेत गेड़ा मार लगे, कणक निसरनियाँ थोड़ी थोड़ी शुरू हो गई वरली वरली अपनी कणक बल्लियाँ कट दी आदि सिटे। कणक का बीज बहुत वधिया है, 187 वेखते हैं ऐतकी कि चढ़ती है ऐतकी। सारा वाणी यही बीजे आप, दाता मेहर करे दा शुक्र करना चाहिए वाहेगुरु का जिन्हें इन्ना सोहना जीवन बख्शिया अपन, साह दिते आ इन्ना शरीर दिता वधिया तंदुरुस्त दिता, उहदा शुक्र हर पल करना चाहिए, हर साह दे नाल उहदा शुक्र करना चाहिए वाहेगुरु का। वाहेगुरु तेरा शुक्र तू इन्ना सोहना जीवन दिता, किन्नी सोहनी धरती दिती ते पंजाब च जन्म दिता गुरुआं पीरां दी धरती ते, उहदा शुक्र करदे वी कदे वी थकना नहीं चाहिए। आ सारी सृष्टि एक मालक ने साजी आ, किन्नी सोहनी धरती दिती आ, हजे आ बीजी आ कणक, हुणे वेख लो 2-3 महीने होए आ, एक दोवां महीनों नूं कणक पक जाणी आ, दाने घरे आ जाणे आ। जे सही सिस्टम नाल चलिया जावे तां किसानी किरत गुरु नानक देव जी ने पहले ही दस्सिया वी किरत करो वंड छको, ते वंड के छकना चाहिए, निंदिया चुगली वैर विरोध तां दूर रहना चाहिए। किन्ना सोहना जीवन बख्शिया, खुश रहो खाओ पीओ ऐश करो, आ किन्ना सोहना धरती दित्ती है। एक आ सिट्टे लगदे आउंदे आ, हैं किन्ना सोहना मां महाराज ने जीवन बख्शिया, दा शुक्र करिया करो, शुक्र शुकराना मालका। बंदा तां वधदा ही रहिंदा, मैनूं आह चाहिए आह चाहिए, पर जिथे भी रखदा वाहिगुरु उह तेरी कीड़ा लड़ गया, उहदा शुक्र ही करना चाहिए मालक दा, उहदी रजा दे विच रहना चाहिए, उहदी रजा बिना पत्ता नहीं हिल सकदा। आ देख लो हुण पत्त झाड़ आई है ना, ते हुण उह फुटदियां आउंदियां विचों विचों, हुण इहनां ते बहार आउणी आ। दुख ते सुख इह जीवन दे दो मेन, दुख दे विच वी उहदा भाणा मन्नो ते सुख दे विच शुकराना करो मालका शुकर, सुख दित्ता दुख भी आउणा, दुख आ ते सुख भी आउणा। तुसीं देख लो आ पत्त झाड़ ते बहार, हुण पत्त झाड़ सी ते हुण इहनां ते बहार आउणी आ, नवें पत्ते आउणगे, ਪੁਰਾਣਿਆਂ ਦੀ ਰੁੱਤ ਗਈ। ਇਵੇਂ ਹੀ ਜੀਵਨ ਦਾ ਸਰਕਲ ਆ, ਕਈ ਵਾਰੀ ਦੁੱਖ ਆਉਂਦੇ ਕਈ ਵਾਰੀ ਸੁੱਖ ਆਉਂਦੇ ਆ, ਅਤੇ ਸ਼ੁਕਰ ਹੀ ਕਰਨਾ ਚਾਹੀਦਾ। ਚਲੋ ਬਾਕੀ ਗੇੜਾ ਮਾਰ ਲਿਆ ਖੇਤ, ਓਕੇ ਆ ਸਾਰਾ ਕੁਛ। ਹੁਣ ਪਾਣੀ ਦੇਖਦੇ ਹਾਂ, 2-4 ਦਿਨਾਂ ਤੱਕ ਛੱਡਦੇ ਹਾਂ ਮੋਟਰ ਅਤੇ ਲਾਉਂਦੇ ਹਾਂ ਇੱਕ ਪਾਣੀ, ਕਿਉਂਕਿ ਹਜੇ ਨਿਸਰਨੀ ਸ਼ੁਰੂ ਹੋਈ ਆ ਅਤੇ ਫਿਰ ਪਾਣੀ ਲੱਗ ਜੂਗਾ ਅਤੇ ਵਧੀਆ ਬੱਲੀਆਂ ਹਲਦੀਆਂ ਵਰਕ ਕਰਨਗੀਆਂ। ਲਓ ਜੀ ਰਾਇ ਬਣ ਗਈ, ਅਤੇ ਪਾਣੀ ਛੱਡ ਹੀ ਦਈਏ ਕਣਕ ਨੂੰ, ਮੂੰਹਾਂ ਲਾ ਤਾ ਅਸੀਂ, ਕਿਹਾ ਵੀ ਹੁਣ ਇੱਕ ਪਾਣੀ ਲਾ ਦਈਏ, ਇੱਕ ਹੋਰ ਲੱਗ ਜੂਗਾ ਨਿਸਰੀ ਤੋਂ ਬਾਅਦ, ਹੁਣ ਨਿਸਰਨਾ ਸ਼ੁਰੂ ਹੋਇਆ, ਚੱਲ ਇੱਕ ਪਾਣੀ ਲਾ ਦਈਏ। ਇੱਧਰਲਾ ਵਾਹਣ ਥੋੜ੍ਹਾ ਜਿਹਾ ਖੁਸ਼ਕ ਆ, ਕਿਉਂਕਿ ਐਤਕੀ ਮੀਂਹ ਨਹੀਂ ਪਏ, ਅਤੇ ਹੁਣ 11:30 ਤੋਂ ਵੀ ਉੱਤੇ ਟਾਈਮ ਹੋ ਗਿਆ, ਲਾਈਟ ਆਉਣੀ ਸੀ 11:30, ਅਤੇ ਲਾਈਟ ਵਾਲੇ ਫੋਨ ਵੀ ਨਹੀਂ ਚੱਕਦੇ, ਅਤੇ ਲਾਈਟ ਵੀ ਨਹੀਂ ਆਈ ਸੀ, ਤਾਂ ਲਾ ਦਾ ਆਪਾਂ ਹੁਣ। ਅਸੀਂ ਮੋਟਰ ਛੱਡਤੀ ਆ, ਹੁਣ ਲਾਈਟ ਨਹੀਂ ਆਉਣੀ, ਇੱਕ ਪੰਗਾ ਹੁਣ ਅਸੀਂ ਕਿਹਾ ਵੀ ਚੱਲ ਇੱਕ ਪਾਣੀ ਫੇਰ ਦਈਏ। ਲਾਈਟ ਵਾਲਾ ਤਾਂ ਉਹੀ ਕੰਮ ਹੋ ਗਿਆ ਵੀ ਜਿੱਦਣ ਅਸੀਂ ਮੋਟਰ ਛੱਡਣੀ ਉੱਦਣ ਆਉਣੀ ਨਹੀਂ, 12:15 ਹੋ ਗਏ ਆ, ਲਾਈਟ ਹਜੇ ਤੱਕ ਨਹੀਂ ਆਈ। ਹੁਣ ਆਪਾਂ ਸ਼ੀਸ਼ੂ ਲਾ ਤਾ, ਓਕੇ ਆ, ਚੱਲਦੇ ਹਾਂ ਆਪੇ ਚੱਲ ਪਈ, ਫਿਰ ਗੇੜਾ ਮਾਰ ਲਾਂਗੇ। ਕਿਵੇਂ ਮਿਸਤਰੀ ਸਾਹਿਬ? ਠੀਕ ਆ, ਵਧੀਆ। ਕਿਵੇਂ ਆ ਸਾਡਾ ਕੱਦੂ ਮਿਸਤਰੀ ਲੱਗਾ ਵੀ ਇੱਧਰ ਸੱਚਖੰਡ ਬਣਦਾ, ਸਿਰਾ ਬਣ ਜਾਣਾ ਹੈ ਨਾ ਬਾਬੇ? ਇੱਧਰਲੀ ਕੰਧ ਕਿੱਥੇ ਲੱਗੂਗੀ? ਬਾਹਰ ਦੇ ਨਾਲ ਕਿੰਨੇ ਬਾਏ ਕਿੰਨੇ ਬਣੂਗਾ? 17 ਫੁੱਟ ਲੰਬਾ, 18-12 ਦਾ ਵਾਧੂ ਹੈ ਨਾ? ਚਲੋ ਵਧੀਆ ਬਾਈ, ਐਂ ਸੱਚਖੰਡ ਵਧੀਆ ਬਣਾ ਦੇਣਾ। ਅੱਗੇ ਹੈਗਾ ਸੀ ਉੱਤੇ, ਉੱਤੇ ਬਹੁਤ ਔਖਾ ਚੜ੍ਹਨਾ, ਬਹੁਤ ਔਖਾ ਸੀ। ਮੈਂ ਹਰ ਰੋਜ਼ ਸ਼ਾਮ ਨੂੰ ਜਾਣਾ ਨਾ ਬਾਬੇ ਨਾਲ, ਸਾਹ ਚੜ੍ਹ ਜਾਂਦਾ ਸੀ ਪੂਰਾ, ਬਾਹਲੀਆਂ ਸਿੱਧੀਆਂ ਪੌੜੀਆਂ ਬਣਾਈਆਂ। ਹੁਣ PVC ਕਰਾ ਕੇ ਵਧੀਆ ਬਣ ਜਾਣਾ, ਇੱਕ ਨੰਬਰ। ਅੱਛਾ ਅੱਛਾ, ਲੈਂਟਰ ਸਾਫ਼ ਹੀ ਪਿਆ ਹਨਾ ਤਾਂ? ਅੱਛਾ, ਇਹਨਾਂ ਦੀ ਦਿੱਤੀ ਨਹੀਂ? ਤੇ ਜੇ ਜੇ ਮੈਂ ਇਹਨਾਂ ਦੂਜੀ ਨਹੀਂ ਕਰਨੀ PVC, ਉਹ ਚ ਹੋ ਜਾਂਦੀ ਹੁੰਦੀ ਆ। ਠੀਕ ਆ ਠੀਕ ਆ, ਚਲ ਬਾਈ ਇਧਰੋਂ ਸਿੱਧੀ ਐਂਟਰੀ ਕਿ ਨਜ਼ਾਰਾ ਆ ਗਿਆ। ਕੀ ਕਹਿੰਦੇ?
ਨਹੀਂ ਕਰ ਲੋ ਵਧੀਆ ਬਣ ਜਾਣ ਗੇਰਾ ਯਾਰ ਹੋਰ ਹੁਣ ਸਾਡਾ ਖਾਤਾ ਰੋਣਾ ਹੀ ਆ ਹਾਂ ਹਾਂ ਸਹੀ ਗੱਲ ਸਾਤ ਬੜੀ ਜੀ ਮੜ ਕੇ ਪਾਰਟੀ ਖੜੇ ਮੜ ਕੇ ਫੇਰ ਨਾ ਬਾਹਰ ਪੜ ਜਾਣਾ ਹਾਂ ਹਾਂ ਨਾਲੇ ਤੇ ਵਜਣਾ ਹੋਣਾ ਹਾਂ ਵਜਣਾ ਹਾਂਜੀ ਖਲੀ ਕਿਵੇਂ ਠੀਕ ਹੈ ਕਿਵੇਂ ਵਧੀਆ ਵਧੀਆ ਇੱਧਰ ਸਾਰਾ ਸਟੋਰ ਨਾਲੇ ਆ ਵਾਧੂ ਸਮਾਨ ਵਾਧੂ ਘਟੂ ਇੱਧਰ ਪਿਆ ਰਹੂਗਾ ਚਲ ਕਿਹੜੀ ਆ ਬਰਾਈ ਬਹੁਤ ਵਾਧੂ ਆ ਜੂ ਗਾਂ ਵਾਧੂ ਇਹ ਆ ਸਾਡਾ ਆਮਲਾ ਬਲੰਬ ਕੀ ਗੱਲ ਨਾ ਕੀ ਗੱਲ ਵੱਡੇ ਭਾਗ ਹੀ ਆ ਜਿਹੜਾ ਨਾਲ ਜਾਂਦਾ ਸਹੀ ਕਰਮਾਂ ਤੋਂ ਬਿਨਾਂ ਤਾਂ ਨਹੀਂ ਜਾਇਆ ਜਾਂਦਾ ਨਹੀਂ ਜਾਇਆ ਜਾਂਦਾ ਯਾਰ ਆਪਣੇ ਹੁਣ ਆਹ ਲੱਗੂਗੀ ਹਾਂਜੀ ਆਹ ਲੱਗੀ ਹੁਣ ਇਹ ਤਾਂ ਯਾਰ ਫਿਰ ਆਹ ਛੋਟੀ ਉੱਤੇ ਪਾਣੀ ਨਾ ਪਊਗਾ ਨਹੀਂ ਨਹੀਂ ਸਹੀ ਆ ਜਾਣੀ ਹੈ ਆ ਜਾਣੀ ਇਹਦਾ ਬਸ ਟੈਨਸ਼ਨ ਉੱਪਰ ਲਾ ਕੇ ਲੰਮੀ ਚੂੜੀ ਕਰ ਦਾਂਗੇ ਹੋਰ ਨਹੀਂ ਇਹ ਸਾਈਡ ਤੇ ਵੀ ਹੋ ਜੂ ਐ ਐ ਜਿਸ ਐ ਜਦੋਂ ਮਰਜ਼ੀ ਘੁਮਾ ਸਕਦੇ ਨਹੀਂ ਅੱਛਾ ਬਸ ਹਾਂ ਸਾਈਡ ਤੇ ਕਰਾਂਗੇ ਆਪਾਂ ਚੱਲ ਲਾਈਏ ਫਿਰ ਆਪਣੇ ਕਿੰਨੇ ਦੀ ਟੂਟੀ ਕਹਿੰਦੇ ਆ ਇਹ ਬਾਈ 570 ਦੀ ਕਹਿੰਦੇ ਬਾਈ ਇਹ ਕਿੰਨਾ ਮਹਿੰਗਾ ਸਮਾਨ ਹੋ ਗਿਆ ਹੁਣ ਨਹੀਂ ਹੁਣ ਕੋਠੀ ਕੋਠੀ ਪਾਉਣੀ ਔਖਾ ਹੀ ਆ ਕੰਮ ਹੈ ਜੇ ਖਰਾਬ ਹੋ ਗਈ ਫੇਰ ਲਾ ਕੇ ਇੱਥੇ ਸਿੱਟ ਜੀਏ ਨਵੀਂ ਮਿਲੂ ਹਾਂ ਨਵੀਂ ਮਿਲੂਗੀ ਗੱਲ ਦਾ ਜਵਾਬ ਦੇ ਹੁਣ ਵੀ ਜੇ ਆ ਖਰਾਬ ਹੋ ਗਈ 7 ਸਾਲ ਕਹਿੰਦੇ ਤਾਂ ਵੇਖੋ ਕਿੰਨੇ ਸਾਲ 7 ਸਾਲ ਕਹਿੰਦਾ ਬਈ ਬਾਈ 7 ਸਾਲ ਦੀ ਗਾਰੰਟੀ ਆ ਹੈਲੋ ਰੈਂਪੀ ਇੱਧਰ ਗੱਲ ਕਰ ਹੁਣ ਸੇਠ ਨਾਲ ਨਹੀਂ ਹੋਈ ਲੈ ਯਾਰ ਟੂਟੀ ਤੇਰੇ ਤੋਂ ਲੈ ਹੁਣ ਸੇਠ ਦਾ ਨਾਮ ਆਉਂਦਾ ਤੂੰ ਹੀ ਹੁਣ ਬਈ ਇਸ ਟਾਈਮ ਸੇਠ ਹੈ ਤੂੰ ਜਿਹੜਾ ਦੁਕਾਨ ਤੇ ਉਹਨੂੰ ਨਹੀਂ ਜਾਣਦੇ ਤੈਨੂੰ ਜਾਣਦੇ ਤੂੰ ਮੈਂ ਸੱਤਾਂ ਮਿੰਟ ਰਹੀ ਮਰੀ ਆ ਤਾਂ ਹੁਣੇ ਮੁੱਕਰ ਗਿਆ ਬਾਈ ਫਿਰ ਐਂ ਕਰ ਫਿਰ ਕਾਪੀ ਤੇ ਲਿਖ ਆਪਣਾ ਦਾ ਜੀ ਹੋਰ ਕੀ ਹੈ ਯਾਰ ਕਿ ਨਹੀਂ ਹਾਂ ਅੱਜ ਕਹਿੰਦੇ ਜੌਬ ਜੂਬ ਲੱਗਣਾ ਤੇ ਆ ਬੰਦਾ ਸਾਡਾ ਜੌਬ ਲਵਾਉਂਦਾ ਮੁੰਡਾ ਆ ਸੁਣੀ ਚੱਲਿਓ ਮਨਜੀਤ ਕਰੈਕਾ ਜਿਹੜਾ ਇੱਕ ਹੋਰ ਹੈ ਹੈ ਕਾਲੂ ਕਿਵੇਂ ਫਿਰ ਵਿਆਹ ਕਰਾ ਕੇ ਅੱਜ ਹੀ ਮਿਲਿਆ ਪਤੰਦਰਾ ਹੈ ਹੈ ਕਾਲੂ ਹੈ ਵਿਆਹ ਕਰਾ ਕੇ ਅੱਜ ਹੀ ਮਿਲਿਆ ਉਹ ਬਸ ਬਿਜੀ ਹੋ ਗਿਆ ਹੈ ਬੜਾ ਬਿਜੀ ਹੋ ਗਿਆ ਯਾਰ ਆ ਸਾਡੇ ਵਿਆਹ ਹੋਏ ਸੀ ਯਾਰ ਹੈ ਲੈਣੇ ਨੇ ਵਿੱਚ ਹੈ ਥੋੜੇ ਭਲੇ ਟਾਈਮ ਆ ਜੋ ਗਏ ਹੁਣ ਮਾੜਾ ਟਾਈਮ ਆ ਤੂੰ ਨਹੀਂ ਜਾਣ ਲਾਣਾ ਫਿਰ ਹੁਣ ਫਾਸਟ ਹੈ ਜਮਾਨਾ ਅੱਛਾ ਕੀ ਗੱਲ ਭੱਜ ਗਏ ਪਾਸੇ ਬਿਲਡਰ ਸਾਹਿਬ ਨਹੀਂ ਨਹੀਂ ਬਿਲਡਰ ਠੇਕੇਦਾਰ ਸਾਹਿਬ ਕਾਦੇ ਠੇਕੇਦਾਰ ਹਾਈ ਲੈਵਲ ਦੀਆਂ ਗੱਲਾਂ ਚੱਲ ਜਾਂਦੀਆਂ ਅੱਧਾ ਘੰਟਾ ਹੋ ਗਿਆ ਮੈਨੂੰ ਵੇਂਦੇ ਨੂੰ ਮੈਨੂੰ ਬਿਲਡਰ ਬਣੇ ਵਾਲੇ ਕੰਮ ਕਰ ਜਲਦੀ ਪਰ ਆਖੇ ਨੂੰ ਕੋਈ ਬੰਦੇ ਨੇ ਕਿ 10 ਬੁਲਾ ਲਿਆ ਕਾ ਜਾਂਦਾ ਹਾਂਜੀ ਪ੍ਰਧਾਨ ਜੀ ਫ੍ਰੈਂਡਸ ਤੇ ਮੇਰੇ ਸਾਰੇ ਠੀਕ ਹੋ ਲਓ ਜੀ ਹੁਣ ਸਾਡਾ ਖੁਸ਼ਪ੍ਰੀਤ ਅੱਜ ਪੂਰਾ ਠੀਕ ਹੋ ਗਿਆ ਹੁਣ ਤਾਂ ਮੈਂ ਇਹਨੂੰ ਕਹਿੰਦਾ ਮੰਜੇ ਤੇ ਪੈ ਜਾ ਹੁਣ ਪੈਂਦੀ ਨਹੀਂ ਹਨਾ ਮੇਰੇ ਨਹੀਂ ਪੈਣ ਨੂੰ ਜੀ ਕਰਦਾ ਜਦੋਂ ਬੰਦਾ ਠੀਕ ਹੁੰਦਾ ਹਨਾ ਤੰਦਰੁਸਤ ਹੋ ਜਾਂਦਾ ਫਿਰ ਆ ਬੰਦਾ ਆਟੋਮੈਟਿਕ ਹੀ ਨਹੀਂ ਪੈਂਦਾ ਮੰਜੇ ਤੇ ਹਨਾ ਨਹੀਂ ਤਾਂ 4-5 ਦਿਨ 5-6 ਦਿਨ ਤੂੰ ਮੰਜੇ ਤੇ ਹੀ ਪਈ ਰਹੀ ਹੈ ਨਾ ਉੱਠਦੀ ਨਹੀਂ ਸੀ ਮੈਂ ਇਹਨੂੰ ਕਹਿਣਾ ਤੂੰ ਉੱਠ ਖੁਸ਼ੀ ਉੱਠ ਹਨਾ ਚੱਲ ਸ਼ੁਕਰ ਹੋਇਆ ਬਾਬੇ ਦਾ ਵਾਹਿਗੁਰੂ ਮਿਹਰ ਕੀਤੀ ਸਾਡਾ ਖੁਸ਼ ਠੀਕ ਹੋ ਗਿਆ ਹਨਾ ਖੁਸ਼ ਬਾਬਾ ਬੁੱਢਾ ਸਾਹਿਬ ਅਰਦਾਸ ਕਰਕੇ ਮੈਂ ਅਰਦਾਸ ਕਰਕੇ ਆਇਆ ਸੀ ਹੁਣ ਆਪਾਂ ਜਾਣਾ ਹਾਂ ਜਾਵਾਂਗੇ ਪੱਕਾ ਮੈਂ ਕਿਹਾ ਬਾਬਾ ਜੀ ਠੀਕ ਕਰ ਦੇ ਖੁਸ਼ ਨੂੰ ਅਰਦਾਸ ਕਰਕੇ ਆਇਆ ਸੀ ਵੇਖਿਆ ਸੁਣ ਲਈ ਨਾ ਅਰਦਾਸ ਨਾ ਹਾਂ ਹੁਣ ਠੀਕ ਹੋ ਗਿਆ ਨਾ ਤੂੰ ਹੁਣ ਸਰੀਰ ਪੂਰਾ ਠੀਕ ਹੈ ਨਾ ਹਾਂ ਸਟਰੋਂਗ ਹਾਂ ਹੁਣ ਪੈਂਦਾ ਇਹਦਾ ਫਰਕ ਹੈ ਨਾ ਮੂੰਹ ਤੇਰਾ ਥੋੜਾ ਜਿਹਾ ਲਿੱਸੂ ਜਿਹਾ ਹੋ ਗਿਆ ਨਾ ਉਹ ਤਾਂ ਵੈਸੇ ਹੀ ਹੋ ਜਾਂਦਾ ਨਾ ਇੰਨੇ ਦਿਨ ਦਵਾਈ ਪਿੰਡ ਲਈ ਉਹ ਫਰਕ ਨਹੀਂ ਪਿਆ ਹੁਣ ਬਾਬਾ ਦੇ ਦਾਸ ਦਿੱਤੀ ਦਵਾਈ ਖਾ ਕੇ ਠੀਕ ਹੋ ਗਿਆ ਫੇਰ ਠੀਕ ਹੋਇਆ ਚੱਲ ਹੁਣ ਫਰੂਟ ਫਰਾਟ ਜਿਹੜੇ ਲਿਆਂਦੇ ਖਾ ਲਿਆ ਕਰੀ ਇੱਕ ਵਾਰੀ ਖਾ ਲਈ ਸੁਬ ਹਾਂਜੀ ਠੀਕ ਹੈ ਹੁਣ ਫੇਰ ਖਾ ਲਈ ਬਾਅਦ ਚੋਂ ਠੀਕ ਹੈ ਹਾਂਜੀ ਚੱਲ ਸ਼ੁਕਰ ਹੈ ਮੈਂ ਕਿਹਾ ਚੱਲ ਖੁਸ਼ ਨੂੰ ਤੇ ਉਸਤਾਦ ਜੀ ਨੂੰ ਫਰੂਟ ਹੀ ਚੀਰ ਕੇ ਖਵਾ ਦਈਏ ਇੱਥੇ ਹੀ ਖਾਣੇ ਆ ਧੁੱਪੇ ਖੁਸ਼ ਹੈ ਕਿਵੇਂ ਹੁਣ ਸਾਡਾ ਖੁਸ਼ ਥੋੜ੍ਹਾ ਠੀਕ ਆ ਮੈਂ ਕਿਹਾ ਚੱਲ ਇਹਨੂੰ ਥੋੜ੍ਹੇ ਜਿਹੇ ਹਨਾ ਉਸਤਾਦ ਖਵਾ ਦਈਏ ਲੈ ਖੁਸ਼ ਪੁੱਤ ਸਾਰੇ ਖਾਵਾਂਗੇ ਅੱਛਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਲੈ ਮੈਂ ਦੋਵਾਂ ਵਾਸਤੇ ਵੀ ਲੈ ਕੇ ਆਇਆ ਲੈ ਫੜ ਖੁਸ਼ ਮੈਂ ਵੀ 80 ਜਾਂਦੀ 60 ਜਾਂਦੀ ਲਓ ਜੀ ਖਾਓ ਥੈਂਕ ਯੂ ਸਾਡੇ ਵਾਸਤੇ ਲੈ ਆਏ ਕੱਟ ਕੇ ਧੰਨਵਾਦ ਖੁਸ਼ ਲਿਆ ਮੋਬਾਈਲ ਮੈਨੂੰ ਫੜਾ ਦੇ ਪੁੱਤੇ ਤੁਸੀਂ ਵੀ ਖਾਓ ਜੀ ਮੈਂ ਵੀ ਖਾ ਲੈਣਾ ਕਰਦਾ ਨਹੀਂ ਖਾਓ ਖਾਓ ਖਾ ਲਓ ਜੀ ਸਿਹਤ ਲਈ ਜ਼ਰੂਰੀ ਫਲ ਹਾਂਜੀ ਖੁਸ਼ ਠੀਕ ਆ ਨਾ ਯਾ ਜਾ ਖਾ ਲਓ ਆ ਵੀ ਚੀਕੂ ਮਿੱਠੇ ਪੂਰੇ
ਅਜੇ ਖੇਤ ਖੇੜਾ ਮਾਰਨਾ ਪਹੁੰਚਿਆ ਸੀ ਅਜੇ ਤਾਂ ਮੋਟਰ ਕੋਲੇ ਪਹੁੰਚਿਆ ਵੀ ਨਹੀਂ ਤੇ ਲਾਈਟ ਪਹਿਲਾਂ ਹੀ ਗਈ ਚਲੀ ਪਹਿਲਾਂ ਵੀ ਲਾਈਟ ਆਈ ਆ ਪੂਰੇ 3:30 ਵਜੇ ਤੇ ਹੁਣ ਹੋਏ ਆ 6:45 ਤੇ ਅਜੇ ਮੈਂ ਤੁਰਿਆ ਉਹਨਾਂ ਮੋਟਰ ਕੋਲੇ ਪਹੁੰਚਣਾ ਤੇ ਲਾਈਟ ਆ ਵੇਂਦੇ ਵੇਂਦੇ ਮੇਰੇ ਗਈ ਚਲੀ ਕੀ ਯਾਰ ਨਾ ਤਾਂ ਉੱਧਰ ਜੋਗੇ ਨਾ ਉੱਧਰ ਜੋਗੇ ਮੈਨੂੰ ਤਾਂ ਕਿਆਰਾ ਵੀ ਨਹੀਂ ਅਜੇ ਸਿਰੇ ਲੱਗਿਆ ਹੁਣ ਉਹ ਲਾਈਟ ਛੱਡ ਦਿਆ ਕਰੋ ਭਰਾਵੋ ਲਾਈਟ ਛੱਡ ਦਿਆ ਕਰੋ ਬੜਾ ਤੰਗ ਕਰਦੇ ਜਦੋਂ ਮੋਟਰਾਂ ਸਾਰੀਆਂ ਬੰਦ ਹੁੰਦੀਆਂ ਉਦੋਂ ਲਾਈਟ ਚੱਲੀ ਜਾਂਦੀ ਆ ਮੇਰੇ ਸਾਹਮਣੇ ਆਉਂਦੇ ਆਉਂਦੇ ਬੰਦ ਹੋ ਗਈ ਕਿਆਰਾ ਹਜੇ ਅੱਧਾ ਵੀ ਨਹੀਂ ਭਰਿਆ ਉਹ ਮੋਟਰ ਤੋਂ ਲੈ ਕੇ ਹਜੇ ਆਹ ਖੰਭੇ ਤੱਕ ਹੀ ਆਇਆ ਅਜੇ ਮੱਥਾ ਕਿੱਲੇ ਤੱਕ ਵੀ ਨਹੀਂ ਭਰਿਆ ਕੀ ਕਰਦੇ ਆ ਯਾਰ ਅੱਜ ਨਹੀਂ ਭਰਦਾ ਕੋਈ ਕਿਆਰਾ ਅੱਗੇ ਦੋਵਾਂ ਕਿੱਲਿਆਂ ਦੀ ਲਾਂ 'ਚੋਂ ਹਜੇ ਆਹ ਖੰਭੇ ਤੱਕ ਮਸਾ ਆਇਆ ਉਹ ਮੋਟਰ ਤੋਂ ਇੱਧਰ ਨੂੰ ਹਜੇ ਉਹ ਸਾਰਾ ਪਿਆ ਲਓ ਜੀ ਆ ਗਈ ਫਿਰ ਲਾਈਟ ਹੁਣ ਚੱਲਦੀ ਆ ਹਜੇ ਟਾਈਮ ਲੱਗੂਗਾ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਦਾ ਵੀ ਟਾਈਮ ਹੋਇਆ ਅੱਧੇ 1.25 ਘੰਟੇ ਤੱਕ ਹਜੇ ਮਸਾਂ ਭਰੂਗਾ ਉਹ ਕਿਆਰਾ ਹੀ ਨਹੀਂ ਭਰਿਆ ਹੁਣ ਚੱਲਦੇ ਹਾਂ ਗੁਰੂ ਘਰੇ ਚੱਲੀ ਜਾ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਹੋ ਗਈਆਂ ਦਿਲ ਦੀਆਂ ਪੂਰੀਆਂ ਆਪਣੀਆਂ ਆਨੰਦ ਆ ਗਿਆ ਆਨੰਦ ਮੈਂ ਤਾਂ ਪੂਰੇ ਖੁਸ਼ ਹਾਂ ਬਹੁਤ ਕਿਰਪਾ ਕਰਕੇ ਹਾਂਜੀ ਮੈਂ ਇੱਥੋਂ ਆ ਸੱਚਖੰਡ ਦਾ ਬੂਆ ਬਣ ਜਾਣਾ ਤੇ ਖੁੱਲਾ ਕਰਨਾ ਪਊਗਾ ਬਾਈ ਥੋੜਾ ਨਹੀਂ ਖੁੱਲਾ ਕਰਾਂਗੇ ਅੱਗੇ ਵਿਖਾ ਦੇ ਗਾਂ ਜਾ ਕੇ ਇੱਥੇ ਲੱਗ ਗਿਆ ਟਫਨ ਸੀਸਾ ਲੈ ਵੀ ਮਿਸਤਰੀਆਂ ਨੇ ਇੰਨੀ ਕੰਧ ਚੱਕਤੀ ਆ ਲਾ ਦੇਣਗੇ ਕੱਲ੍ਹ ਨੂੰ ਸਿਰੇ ਚਲ ਬਹੁਤ ਛੱਡਤਾ ਏਸੀ ਵਾਲਾ ਕੰਮ ਤਾਂ ਪੂਰਾ ਘੈਂਟ ਬਣ ਜਾਣਾ ਕਿੰਨਾ ਹੀ ਬਾਬਾ ਜੀ ਨਾਲੇ ਇੱਥੋਂ ਨੇੜੇ ਹੋਰ ਬਾਬਾ ਜੀ ਤੇ ਬਾਬਾ ਜੀ ਦੇ ਕਰ ਕਮਲਾਂ ਕਰਕੇ ਚਲੋ ਵਾਹਿਗੁਰੂ ਵਸਦਾ ਹੈ ਨਾ ਬਾਬਾ ਜੀ ਵਧੀਆ ਖੁਸ਼ ਆ ਸਾਰਾ ਕੁਛ ਪਹਿਲਾਂ ਪੜਦੀ ਲਵਾਈ ਹਾਂ ਪਹਿਲਾਂ ਆ ਲਵਾਈ ਚਾਦਰਾਂ ਦੇ ਬਣਾਈ ਨਵੇਂ ਉਹ ਵੀ ਦਰਬਾਰ ਹਾਂ ਆ ਵੀ ਹੁਣ ਨਵਾਂ ਹੀ ਲਿਆਂਦਾ ਸੈੱਟ ਅਸੀਂ ਤੇ ਕਾਫੀ ਸੇਵਾ ਮਤਲਬ 1.5 ਸਾਲ ਦੇ ਵਿੱਚ ਆਪਾਂ ਕਾਫੀ ਸੇਵਾ ਮਾਰੀ ਨਹੀਂ ਚੰਗੀ ਗੱਲ ਚੰਗੀ ਗੱਲ ਤੋਂ ਲੈ ਲਈ ਆ ਹਾਂਜੀ ਹਾਂਜੀ ਤੇ ਆ ਕਮੇਟੀ ਦਾ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਸੋਹਣਾ ਸਹੀ ਹੈ ਸਾਲਾ ਕਰਤਾ ਹਨਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਸੇਵਾ ਲੁੱਟ ਲਈ ਹੈ ਤਾਂ ਸਹੀ ਹੈ ਸਹੀ ਹੈ ਸਹੀ ਹੈ ਹਾਂ ਬਹੁਤ ਸੋਹਣੀ ਸੇਵਾ ਲੈ ਲਈ ਹੈ ਕਮੇਟੀ ਨੇ ਤੇ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਸਹੀ ਗੱਲ ਰੈਰ ਲਾ ਕੇ ਕਮੇਟੀ ਨੇ ਉਪਰਾਲਾ ਕੀਤਾ ਤੇ ਧੰਨਵਾਦ ਭਾਈ ਨਹਿਰੂ ਸਿੰਘ ਜੀ ਭਾਈ ਨਹਿਰੂ ਸਿੰਘ ਨੇ ਜਿਹੜਾ ਸੱਚਖੰਡ ਵਾਸਤੇ 21,000 ਰੁਪਏ ਦਿੱਤਾ ਹੋਰ ਵੀ ਕਿਸੇ ਨੇ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਸੱਚਖੰਡ ਵਾਸਤੇ ਜੋ ਵੀ ਤਿਲ ਫੁੱਲ ਵੱਧ ਚੜ ਕੇ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਮਾਇਆ ਵੱਲੋਂ ਸੇਵਾ ਕਰਨੀ ਚਾਹੁੰਦੇ ਹਨ ਤੇ ਸੇਵਾ ਲੁੱਟ ਸਕਦੇ ਭਾਈ ਸੱਚਖੰਡ ਦੀ ਕਿਉਂਕਿ ਕਿੱਥੇ ਇੱਕ ਸਰੂਪ ਦੇ ਆਪਾਂ ਦਰਸ਼ਨ ਕਰਦੇ ਹਾਂ ਅਤੇ ਮਹਾਰਾਜ ਦੇ ਜਿੰਨੇ ਵੀ 6-7 ਸਰੂਪ ਆਪਾਂ ਸੱਚਖੰਡ ਦੇ ਵਿੱਚ ਬਰਾਜਮਾਨ ਕਰਨੇ ਸੇਵਾ ਕਰਨੀ ਹੈ ਹਰ ਸਰੂਪ ਸੌਕਾਸਨ ਕਰਨਾ ਪ੍ਰਕਾਸ਼ ਕਰਨਾ ਅਤੇ ਇਹ ਤਾਂ ਬਹੁਤ ਵੱਡੀ ਸੱਚਖੰਡ ਦੀ ਸੇਵਾ ਆਉਂਦੀ ਸੱਚਖੰਡ ਵਸਿਆ ਨਿਰੰਕਾਰ ਕਰ ਵੇਖਿਆ ਨਦਰ ਨਿਹਾਲ ਦੇ ਮਹਾਰਾਜ ਨੇ ਨਦਰ ਨਿਹਾਲ ਕਰ ਦੇਣੀ ਜਿਹੜੀ ਸਿੱਖ ਸੰਗਤਾਂ ਨੇ ਮਾਇਆ ਵੱਲੋਂ ਸੇਵਾ ਕਰਤੀ ਹੱਥੀ ਸੇਵਾ ਜਿਨ੍ਹਾਂ ਨੇ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।